उन्होंने कतल किया गया मेरे भरा का जी। इन्होंने चढ़ा के गड्डी उपर जी, जिन्होंने किया पंडोरी महल के मुंडे है जी। वो जो रोटी खा के बहर आया, उन्होंने आके देखा कि बहर आया, गड्डी उत्ते चढ़ाती। एक बार पहला गड्डी बैक लगाए, फिर गड्डी मारी, उसका बहुत बेहरामी नाल कतल किया। एवन पंजाबी निडर निरपक्ष नवी सोच, मैं थोड़ा दोस्त सोम सहोता तो लैके हाजिर हाँ। करंट इशू चलते हैं सुल्तानपुर लोधी। दोस्तों मामूली जी तकरार तो बाद एक नौजवान का कतल हो जाता है। वो नौजवान जिहड़ा कि मतलब विआह की दूसरी वरेगंढ मनाउण दीआं तैयारियां विच लगा होया सी, लेकिन उसनू पता नहीं सी कि ये मेरी आखिरी वरेगंढ है और इस तो बाद मैं दुनिया विच नहीं रहांगा। इस खबर नाल रिलेटड पूरी जानकारी देने वास्ते मेरे नाल सुल्तानपुर लोधी तो नरेश खोसला जी जुड़ चुके हैं, उन्हां तो अपडेट लेंदे आ। खोसला साहब की जानकारी है इस खबर नाल रिलेटड तुहाडे कोल? सोता जी ये मामला कल रात दा है, मामला है ये सुल्तानपुर लोधी दा। दूसरे पासे जिहड़े नौजवान सी जिहड़े अंदर होटल दे अंदर सी, उन्होंने इस तकरार नूं दिल विच रख्या ते उस तों बदला लैण दी नीयत दे नाल ओह बाहर जा ते ਰਾੜੀ ਵਿੱਚ ਬੈਠ ਜੇ ਤੇ ਜਦੋਂ ਲੜਕਾ ਆਪਣੀ ਦੁਕਾਨ ਤੋਂ ਬਾਹਰ ਆਪਣੇ ਨਿਕਲਿਆ ਹੋ ਤੇ ਉਸ ਉਹਨਾਂ ਨੇ ਆਪਣੀ ਰਾੜੀ ਦੇ ਨਾਲ ਉਸ ਲੜਕੇ ਦੇ ਵਿੱਚ ਟੱਕਰ ਮਾਰੀ। ਟੱਕਰ ਮਾਰਨ ਤੱਕ ਦੀ ਗੱਲ ਸੀਮਿਤ ਨਹੀਂ ਰਹੀ ਆ, ਉਸ ਤੋਂ ਬਾਅਦ ਉਸਦੇ ਉੱਪਰ ਰਾੜੀ ਚੜਾਤੀ, ਚੜਾਉਣ ਤੋਂ ਬਾਅਦ ਉਸਨੂੰ ਕੁਚਲ ਦਿੱਤਾ ਗਿਆ ਤੇ ਜਿਸ ਦੌਰਾਨ ਉਸ ਲੜਕੇ ਦੀ ਜਿਹੜੀ ਮੌਤ ਹੋ ਗਈ। ਇੱਥੇ ਇਹ ਵੀ ਦੱਸਿਆ ਜਾ ਰਿਹਾ ਉਸੇ ਦਿਨ ਕੱਲ ਹੀ ਜਿਹੜਾ ਉਸ ਲੜਕੇ ਦੀ ਮੈਰਿਜ ਐਨਵਰਸਰੀ ਸੀ ਜੀ, ਸਾਲ ਬੀਤਿਆ ਸੀ ਉਸਦੀ ਸ਼ਾਦੀ ਹੋਏ ਨੂੰ ਜੀ, ਉਸਦੀ ਦੂਸਰੀ ਮੈਰਿਜ ਐਨਵਰਸਰੀ ਸੀ ਤੇ ਉਸੇ ਦਿਨ ਹੀ ਉਸ ਲੜਕੇ ਦੀ ਇਸ ਤਰ੍ਹਾਂ ਮੌਤ ਹੋ ਜਾਣੀ। ਪਰਿਵਾਰ ਨੂੰ ਜਿੱਥੇ ਦੁੱਖ ਦੇ ਸਮੇਂ ਵਿੱਚ ਇਸ ਸਮੇਂ ਹਾਲਾਤਾਂ ਦੇ ਵਿੱਚ ਗੁਜ਼ਰਨਾ ਪੈ ਰਿਹਾ, ਉੱਥੇ ਹੀ ਇੱਕ ਛੋਟੀ ਜਿਹੀ ਤਕਰਾਰ ਮਾਨਸਿਕ ਲੋਕਾਂ ਦੀ ਮਾਨਸਿਕ ਸਹਿਣਸ਼ੀਲਤਾ ਦਾ ਵੀ ਪਤਾ ਲੱਗਦਾ ਜੀ। ਛੋਟੀ ਜਿਹੀ ਤਕਰਾਰ ਨੂੰ ਵੀ ਕਿਸ ਤਰ੍ਹਾਂ ਉਹ ਕਿਸੇ ਦੀ ਮੌਤ ਨੂੰ ਦੇ ਨਾਲ ਜੋੜ ਲੈਂਦੇ ਆ, ਜੋੜ ਕੇ ਉਸਨੂੰ ਮੌਤ ਦੇ ਘਾਟ ਵੀ ਉਤਾਰਨ ਤੱਕ ਪਹੁੰਚ ਜਾਂਦੇ ਆ। ਇੱਥੇ ਆਮ ਜਨਤਾ ਦੀ ਮਾਨਸਿਕ ਪਰੇਸ਼ਾਨੀ ਜਾਂ ਮਾਨਸਿਕਤਾ ਦਾ ਵੀ ਪਤਾ ਲੱਗਦਾ ਜੀ, ਉਹ ਕਿਸ ਤਰ੍ਹਾਂ ਉਹ ਸਹਿਣਸ਼ੀਲਤਾ ਉਹਨਾਂ ਦੇ ਵਿੱਚ ਹੈਨੀ ਆ ਤੇ ਕਿਸ ਤਰ੍ਹਾਂ ਉਹ ਕਿਸੇ ਦੀ ਜਾਨ ਨੂੰ ਛੋਟੀ ਜਿਹੀ ਜਾਨ ਸਮਝਦੇ ਉਸਦੀ ਜਾਨ ਲੈ ਲੈਂਦੇ ਆ। ਖੋਸਲਾ ਜੀ ਇਸ ਸੰਬੰਧ ਚ ਕਿਸੇ ਨਾਲ ਗੱਲਬਾਤ ਕੀਤੀ? ਇਸ ਸੰਬੰਧ ਸੋਤਾ ਜੀ ਆਪਣੇ ਜਿਹੜੇ ਐਸ ਐਚ ਓ ਸਾਹਿਬ ਹੈ ਰਹੇ ਸੁਲਤਾਨਪੁਰ ਲੋਧੀ ਦੇ, ਉਹਨਾਂ ਵੱਲੋਂ ਜਿਹੜੀ ਆਫ ਦਾ ਰਿਪੋਰਟ ਸਾਨੂੰ ਇਨਫੋਰਮੇਸ਼ਨ ਆਈ ਆ, ਜਿਹੜੇ ਆਰੋਪੀ ਆ ਆਰੋਪੀ ਛੇ ਜਿਹੜੇ ਆਰੋਪੀ ਨਾਮਜ਼ਦ ਰਿਤਰੇ, ਤਿੰਨ ਹੋਰ ਲੋਕ ਹੈ ਜਿਹੜੇ ਜਿਸਨੇ ਇਸ ਸਾਜਿਸ਼ ਨੂੰ ਜਿਹੜੀ ਮੌਤ ਦੇ ਘਾਟ ਉਤਾਰਨ ਦੀ ਲੜਕੇ ਦੀ ਸਾਜਿਸ਼ ਦੇ ਵਿੱਚ ਹਿੱਸਾ ਲਿਆ, ਉਹਨਾਂ ਦੇ ਖਿਲਾਫ਼ ਉਹਨਾਂ ਨੇ ਮਾਮਲਾ ਦਰਜ ਕਰ ਲਿਆ। ਆਫ ਦੀ ਰਿਪੋਰਟ ਇਹ ਪਤਾ ਵਾ ਚੱਲਿਆ ਕਿ ਉਸ ਆਰੋਪੀਆਂ ਨੂੰ ਫੜਿਆ ਵੀ ਜਾ ਚੁੱਕਿਆ ਵਾ। ਇਨਵੈਸਟੀਗੇਸ਼ਨ ਦਾ ਇੱਕ ਪਾਠ ਆ ਜਿਹੜਾ ਹਾਲੇ ਪੁਲਿਸ ਨੇ ਖੁਲਾਸਾ ਨਹੀਂ ਕੀਤਾ ਇਸ ਚੀਜ਼ ਬਾਰੇ, ਆਫ ਦਾ ਰਿਪੋਰਟ ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਵਾ। ਬਾਕੀ ਉਸ ਆਰੋਪੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਵਾ ਤੇ ਅਰਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਆ। ਖੋਸਲਾ ਜੀ ਬਹੁਤ ਬਹੁਤ ਮਿਹਰਬਾਨੀ, ਤੁਸੀਂ ਜਾਣਕਾਰੀ ਦਿੱਤੀ ਆ। ਦੋਸਤੋ ਇੱਕ ਵਾਰੀ ਫਿਰ ਦੱਸਦੇ ਹਾਂ ਕਿ ਇਹ ਸੁਲਤਾਨਪੁਰ ਲੋਧੀ ਤੋਂ ਬੜੀ ਦੁੱਖ ਭਰੀ ਖਬਰ ਹੈ ਕਿ ਵਿਆਹ ਦੀ ਮਤਲਬ ਵਰੇਗੰਢ ਮਨਾਉਣ ਦੀ ਤਿਆਰੀ ਕਰ ਰਿਹਾ ਸੀ ਉਹ ਨੌਜਵਾਨ, ਔਰ ਉਸਨੂੰ ਪਤਾ ਨਹੀਂ ਸੀ ਕਿ ਅੱਜ ਮੇਰਾ ਕਤਲ ਹੋ ਜਾਣਾ ਹੈ। ਮਾਮੂਲੀ ਇਹ ਗੱਲ ਨੂੰ ਲੈ ਕੇ ਝਗੜਾ ਔਰ ਝਗੜੇ ਤੋਂ ਬਾਅਦ ਹੋਇਆ ਕਤਲ। ਇਸ ਸੰਬੰਧ 'ਚ ਕੀ ਗੱਲਬਾਤ ਹੋਈ ਹੈ ਆਓ ਸੁਣਦੇ ਹਾਂ। ਮੇਰਾ ਨਾਂ ਅਮਨਦੀਪ ਹੈ ਜੀ ਅਤੇ ਮੇਰੇ ਭਰਾ ਦਾ ਨਾਂ ਰਿੱਕੀ ਆ। ਉਹਨਾਂ ਦਾ ਕਤਲ ਕੀਤਾ ਗਿਆ ਮੇਰੇ ਭਰਾ ਦਾ ਜੀ, ਇਹਨਾਂ ਨੇ ਚੜ੍ਹਾ ਕੇ ਗੱਡੀ ਉੱਪਰ ਜੀ, ਅਤੇ ਇਸ ਟਾਈਮ ਹੋਸਪਿਟਲ ਸਰਕਾਰੀ ਆ ਜੀ, ਅਤੇ ਜਿਹਨਾਂ ਨੇ ਕੀਤਾ ਉਹ ਪੰਡੋਰੀ ਮਹੱਲੇ ਦੇ ਮੁੰਡੇ ਆ ਜੀ। ਇਹ ਵਾਈਵਾ ਏਜੰਸੀ ਦੇ ਲਾਗੇ ਐਕਸੀਡੈਂਟ ਹੋਇਆ ਜੀ, ਢਾਬੇ ਦੇ ਲਾਗੇ। ਮੇਰਾ ਨਾਂ ਸਾਹਿਲ ਕੁਮਾਰ ਆ ਜੀ, ਮੈਂ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਵਾਂ। ਮੇਰਾ ਭਰਾ ਕਿਸ ਢਾਬੇ 'ਤੇ ਰੋਟੀ ਖਾਣ ਗਿਆ ਸੀ, ਉਹਨਾਂ ਦਾ ਕੋਈ ਉੱਥੇ ਮੁੰਡੇ ਹੋਏ ਆਏ, ਉਹਨਾਂ ਦਾ ਆਪਸ 'ਚ ਬਹਿਸ ਬਸਈਆ ਹੋਇਆ, ਅਤੇ ਉਹ ਜਦੋਂ ਰੋਟੀ ਖਾ ਕੇ ਬਾਹਰ ਆਇਆ, ਉਹਨਾਂ ਨੇ ਆਣ ਕੇ ਦੇਖਿਆ ਕਿ ਬਾਹਰ ਆਇਆ, ਗੱਡੀ ਉੱਤੇ ਚੜ੍ਹਾਤੀ। ਇੱਕ ਵਾਰੀ ਪਹਿਲਾਂ ਗੱਡੀ ਬੈਕ ਲਗਾਏ, ਫਿਰ ਗੱਡੀ ਮਾਰੀ, ਉਹਦਾ ਬਹੁਤ ਬੇਹਰਾਮੀ ਨਾਲ ਕਤਲ ਕੀਤਾ। ਅਤੇ ਉਸਨੂੰ ਅਸੀਂ ਸਿਵਲ ਹਸਪਤਾਲ 'ਚ, ਸਾਨੂੰ ਕਿਸੇ ਨੇ ਕਾਲ ਕੀਤੀ ਕਿ ਤੁਹਾਡੇ ਮੁੰਡੇ ਨੂੰ ਇੱਦਾਂ ਇੱਦਾਂ ਕੀਤਾ, ਅਤੇ ਅਸੀਂ ਇੱਕਦਮ ਉਹਨੂੰ ਸਿਵਲ ਹਸਪਤਾਲ 'ਚ ਲੈ ਕੇ ਗਏ। ਡਾਕਟਰਾਂ ਵੱਲੋਂ ਕੀ ਕਿਹਾ? ਉਹਨਾਂ ਨੇ ਡਾਕਟਰਾਂ ਵੱਲੋਂ ਉਹਨਾਂ ਨੇ ਆਕਸੀਜਨ ਲਾਈ, ਉਹਨਾਂ ਨੇ ਆਪਣੇ ਅੰਦਰ ਰੱਖ ਲਿਆ, ਕੋਈ ਸਾਨੂੰ ਜਵਾਬ ਨਹੀਂ ਦਿੱਤਾ। ਬਾਅਦ 'ਚੋਂ ਆਣ ਕੇ ਸਾਨੂੰ ਕਹਿੰਦੇ ਕਿ ਤੁਹਾਨੂੰ ਡੈਥ ਹੋ ਚੁੱਕੀ।
उत्थे दो मुंडे होर सीगे उन्हां दे उत्ते भी गड्डी चढ़ाउण दी कोशिश कीती उन्हां ने कि इन्हां नूं भी मार दईए नाल सीगे पर वो बहुत सही तरीके ते परे हो चुके सीगे भज चुके सीगे इन्हां इहदे उत्ते इन्हां बहुत ज़्यादा लाग डाट बहस बसीआ होया उत्थे ढाबे ते कोई इन्हां दा आपच इहदे उत्ते गड्डी चाढ़ के दो वारी पहलां एक वारी लगे फिर चाढ़ी दूजी वार की नाम सीगा जिन्हां दा मर्डर है रविंदर कुमार रिक्की ते जिन्हां वल्लों इह सारी वारदात नूं अंजाम दित्ता गया वो कौन सीगे ਉਹ ਜੀ ਕੋਈ ਮੁੰਡੇ ਇੱਥੋਂ ਦੇ ਲਾਗੇ ਦੇ ਹੀ ਸ਼ਹਿਰ ਦੇ ਲੋਕਲ ਹੀ ਰਹਿਣ ਵਾਲੇ ਸੀਗੇ ਪਰ ਸਾਨੂੰ ਕੋਈ ਜ਼ਿਆਦਾ ਪਤਾ ਨਹੀਂ ਲੱਗਾ ਉਹਦੇ ਬਾਰੇ ਕੋ ਬਸ ਇੱਦਾਂ ਹੀ ਆਣ ਕੇ ਉਹਨਾਂ ਨੇ ਇਹਨਾਂ ਦੇ ਨਾਲ ਪਹਿਲਾਂ ਕੋਈ ਲਾਗਤ ਸੀ ਹੋ ਸਕਦਾ ਕੋਈ ਇਹਨਾਂ ਦੀ ਆਪਸ 'ਚ ਲਾਗਤ ਹੋਵੇ ਜਾਂ ਕੋਈ ਕੁਛ ਵੀ ਚੱਲਦੀ ਹੋਵੇ ਗੱਲਬਾਤ ਆਪਸ 'ਚ ਇਹ ਉੱਥੇ ਰੋਟੀ ਖਾਣ ਗਏ ਸੀ ਜਾਂ ਉਹ ਵੀ ਆਏ ਸੀ ਇਹ ਸਾਨੂੰ ਪਤਾ ਲੱਗਾ ਕਿ ਉਹ ਬਾਹਰ ਗੱਡੀ 'ਚ ਬੈਠੇ ਰਹੇ ਉਹਨਾਂ ਨੇ ਦੇਖਿਆ ਕਦੋਂ ਬਾਹਰ ਆਉਂਦਾ ਬਾਹਰ ਆਏ ਦੋ ਜਣੇ ਇਹ ਜਦੋਂ ਰੋਟੀ ਖਾ ਕੇ ਅਤੇ ਉਹਨਾਂ ਉੱਤੇ ਇਹਦੇ ਉੱਤੇ ਗੱਡੀ ਚੜ੍ਹਾਈ ਗਈ ਪਹਿਲਾਂ ਦੂਜੇ ਮੁੰਡੇ 'ਚ ਮਾਰੀ ਉੱਤੇ ਨਹੀਂ ਵੱਜੀ ਇਹਦੇ ਉੱਤੇ ਜਾਣ ਕੇ ਚੜ੍ਹਾਤੀ ਫਿਰ ਲੱਗੇ ਪਿੱਛੇ ਫਿਰ ਚੜ੍ਹਾਈ ਕਿੱਥੇ ਉਹਦੇ ਸੱਟ ਲੱਗੇ ਹੋਏ ਸੀ ਮੈਨੂੰ ਹਾਂਜੀ ਕਿੱਥੇ ਸੱਟ ਲੱਗਣ ਦੇ ਨਾਲ ਉਹਦੀ ਮੌਤ ਹੋਈ ਉਹਦੀ ਸਿਰ ਦੇ ਸੱਟ ਨਾਲ ਸਿਰ ਦੇ ਉੱਤੋਂ ਦੀ ਗੱਡੀ ਨਾ ਗਈ ਮੈਂ ਸੁਲਤਾਨਪੁਰ ਦਾ ਰਹਿਣ ਵਾਲਾ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਬੱਬੂ ਟਾਰਾਂ ਵਾਲਾ ਕਹਿੰਦੇ ਹਰੇ ਜੀ ਕੀ ਗੱਲ ਹੋਈ ਗੱਲਬਾਤ ਮੈਨੂੰ ਵੀ ਭਾਈ ਮੇਰੇ ਘਰ ਬਿਠਾਏ ਗਾ ਜੀ ਅੱਛਾ ਜੀ ਮੈਨੂੰ ਗਾਹ ਪਤਾ ਫੋਨ ਕੀਤਾ ਕਹਿੰਦੇ ਵੀ ਜਿੱਥੇ ਇੱਦਾਂ ਗੱਲਬਾਤ ਹੋਈ ਮੁੰਡਾ ਮਾਰਦਾ ਤੁਹਾਡਾ ਮੈਨੂੰ ਤਾਂ ਪਤਾ ਹੀ ਕੋਈ ਨਹੀਂ ਮੇਰਾ ਮਾੜਾ ਬੰਦਾ ਆਪ ਪਿੰਡ 'ਚ ਲੱਗ ਟਾਈਮ ਪਾਸ ਕਰਨ ਵਾਲਾ ਕੀ ਨਾਮ ਆ ਤੁਹਾਡੇ ਬੇਟੇ ਦਾ ਜੀ ਰਵਿੰਦਰ ਕੁਮਾਰ ਕਿਹਨਾਂ ਨੇ ਮਾਰਿਆ ਕਿਹਨਾਂ ਵੱਲੋਂ ਮਾਰਿਆ ਗਿਆ ਕੁਛ ਪਤਾ ਇਹ ਨਹੀਂ ਵੀ ਪਤਾ ਜੀ ਆਪਣੇ ਐਕਸੀਡੈਂਟ ਸੀ ਜਾਂ ਜਾਣ ਬੁੱਝ ਕੇ ਨਹੀਂ ਜਾਣ ਬੁੱਝ ਕੇ ਹੀ ਮਾਰਿਆ ਜੀ ਇਹਦੀ ਕੋਈ ਲੜਾਈ ਝਗੜਾ ਸੀਗਾ ਜਾਂ ਕੁਛ ਹੋਰ ਕੋਈ ਲੜਾਈ ਝਗੜਾ ਕੋਈ ਝਗੜਾ ਹੋਊਗਾ ਆਪਾਂ ਨੂੰ ਕੋਈ ਕੋਈ ਦੁਸ਼ਮਣੀ ਤਾਂ ਹੋਊਗੀ ਇਹਨਾਂ ਦੀ ਕੋਈ ਕਿਸੇ ਦੀ ਠੀਕ ਹੈ ਜੀ ਅਸੀਂ ਤਾਂ ਲੜੇ ਨਹੀਂ ਜ਼ਿੰਦਗੀ ਕਿਸੇ ਨਾਲ ਸਾਡੇ ਤਾਂ ਭਾਵੇਂ ਮਾਰਕੀਟ 'ਚ ਪੁੱਛ ਲਓ ਜਾ ਕੇ ਵੀ ਆਪਾਂ ਕਿਸੇ ਨਾਲ ਲੜੇ ਵੀ ਹੋਣਗੇ ਇਹ ਅੱਜ ਅਮਨਦੀਪ ਕੁਮਾਰ ਵਾਸੀ ਲੋਲਾਰੀਆ ਮਹੱਲਾ ਸੁਲਤਾਨਪੁਰ ਲੋਧੀ ਨੇ ਬਿਆਨ ਲਿਖਾਇਆ ਵੀ ਉਹ ਆਪਣੇ ਭਰਾ ਰਵਿੰਦਰ ਕੁਮਾਰ ਅਤੇ ਵਿਕਰਮ ਕੁਮਾਰ ਨਾਲ ਕਿਸੇ ਢਾਬੇ 'ਤੇ ਖਾਣਾ ਖਾਣ ਗਿਆ ਸੀ ਕੈਨੇਡੀਅਨ ਢਾਬਾ ਆ ਉੱਥੇ ਖਾਣਾ ਖਾਣ ਗਿਆ ਸੀ ਉੱਥੇ ਮਾਮੂਲੀ ਤਕਰਾਰ ਹੋਇਆ ਇਹਨਾਂ ਦਾ ਹਰਪ੍ਰੀਤ ਸਿੰਘ ਨਾਲ ਅਤੇ ਉਹਦਾ ਭਰਾ ਸੀ ਜਸਪਾਲ ਸਿੰਘ ਅਤੇ ਇੱਕ ਉਹਦਾ ਸਾਲਾ ਸੀ ਓਮਕਾਰ ਸਿੰਘ ਉਹਨਾਂ ਨਾਲ ਤਿੰਨ ਚਾਰ ਹੋਰ ਅਨਨਾਊਨ ਬੰਦੇ ਸੀਗੇ ਮਾਮੂਲੀ ਤਕਰਾਰ ਤੋਂ ਬਾਅਦ 'ਚ ਉਹਨਾਂ ਨੇ ਆਪਣੀ ਗੱਡੀ ਜਿਹੜੀ ਆ ਉਹ ਚੜ੍ਹਾ ਦਿੱਤੀ ਇਹਦੇ ਉੱਪਰ ਰਵਿੰਦਰ ਕੁਮਾਰ ਦੇ ਉੱਪਰ ਅਤੇ ਉਹਦੇ ਮੌਤ ਹੋ ਗਈ ਆ ਇੱਕ ਨਾਲ ਦੋਸਤ ਸੀਗਾ ਇਹਦਾ ਹੋਰ ਉਹਦੇ ਸੱਟ ਲੱਗ ਗਈ ਆ ਇਹ 302 148 149 ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਅਤੇ ਦੋਸ਼ੀਆਂ ਨੂੰ ਅਸੀਂ ਜਲਦੀ ਗ੍ਰਿਫਤਾਰ ਕਰ ਲਵਾਂਗੇ ਇਹ ਕੋਈ ਅੱਜ 9:30 ਦੇ ਲਗਭਗ ਦੀ ਗੱਲ ਹੈਗੀ ਆ ਸ਼ਾਮ ਦੀ ਉਹਦੇ ਖਾਣਾ ਖਾਂਦੇ ਸੀਗੇ ਉਸ ਟਾਈਮ ਇਹ ਮਾਮਲਾ ਉੱਥੇ ਹੋਇਆ ਇਹਨਾਂ ਦਾ ਮਾਮੂਲੀ ਤਕਰਾਰ ਹੋਇਆ ਇਹਨਾਂ ਦਾ ਅੱਜ ਇਹ ਗੱਡੀ ਨਾਲ ਹੋਇਆ ਜੀ ਪਹਿਲਾਂ ਤਕਰਾਰ ਹੋਇਆ ਫਿਰ ਇਹਨਾਂ ਗੱਡੀ 'ਚ ਬੈਠ ਕੇ ਗੱਡੀ ਉੱਪਰ ਚੜ੍ਹਾ ਦਿੱਤੀ ਉਹਦੇ ਰੇਸ ਦੇ ਕੇ ਪੂਰੀ ਗੱਡੀ ਉੱਪਰ ਚੜ੍ਹਾਤੀ ਉਹ ਥੱਲੇ ਆ ਗਿਆ ਬੰਦਾ ਉਹਦੀ ਉੱਥੇ ਡੈਥ ਹੋ ਗਈ ਉਹਨੂੰ ਸਿਵਲ ਹਸਪਤਾਲ ਲੈ ਕੇ ਆਏ ਉੱਥੇ ਉਹਦੀ ਸਿਵਲ ਹਸਪਤਾਲ ਦੇ ਵਿੱਚ ਡਾਕਟਰਾਂ ਨੇ ਉਹਨੂੰ ਡਿਕਲੇਅਰ ਕਰਤਾ ਵੀ ਡੈਥ ਹੋ ਗਈ ਇਹਦੀ ਏ ਸੀ ਹੁਣ ਤੱਕ ਦੀ ਅਪਡੇਟ ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ ਮੈਂ ਦੱਸ ਵੀ ਨਹੀਂ ਸਕਦਾ ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ ਮੋਢੇ ਵੀ ਓਕੇ ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਫੀ ਰਿਲੀਫ ਹਮੇਸ਼ਾ ਯਾਦ ਰੱਖੋ ਬਸ ਕੁਛ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ ਮੈਂ ਇਹ ਤੇਲ 3 ਕੁ ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ ਇਹ ਬਿਲਕੁਲ ਆਯੁਰਵੈਦਿਕ ਤੇਲ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਅਤੇ ਮੇਰੇ ਵਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ ਕਿਤੇ ਨਾ ਕਿਤੇ ਅਸੀਂ ਆਪਣੇ ਵਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿਤੇ ਸੋਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ